हाँ आलू मेथी कुड़ी कहीं तेरी असि नहीं आलू मेथी खानी रौला रौला पा खा लेनी है ना नहीं कल लेट आई गैस कल गैस लेट आई है ठंडे ठंडे माल्टे हाय 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 जिनी ठंड वा तो उन्ने माल्टे खान दा वैसे ना मैं तो खा के आई तीन कट्ठे तीन खा के आई हाँ मैं खा लै अल्लाह दा नाम लैके खा गई मैं कह यही तो मौसम आ फिर मुड़के कितों लभने पूरा साल खाओ इंजॉय करो तेरे को तीन घंटा पहले धुप्पे रखने तो मुड़के इन्होंने धुप्प लवा के टाइफाइड करा के मुड़के माल्टे खाँदी है देखिए ना पहले टोकरी च पा के उन्होंने धुप्पे रख दिंदी है चंगी तरह बेचारे ऐ सेक जाते फिर खाँदी इदा के माल्टे खाने का की फायदा खाने तुम ऐन ठंडे ठंडे फ्रैश फ्रैश खाओ जो मज़ा तो आता ना खाने का जो दो तीन खाने कल मम्मी ये एक धुप्प का मारिया खा गई धुप्पे रखे भी नहीं खा होंगे धुप्प के धुप्प च रखे भी नहीं खा होंगे ये को चंकी माई है भी कहाँ जा रहे हैं कहाँ से उस वाले तो आई अम्मा से चलो फिर मैं कुंडी खोलती चले जाओ दूध दूध लेने जा रहे हैं फफड़ा उस वाले तो आई अम्मा से उधर है जा उधर चले जाओ उधर है उधर से आवाज़ें आ रही हैं चल उधर से दूध लो जाके हाँ जी जी चलो जी कपड़े कढ़िए तो चलिए छत ते तो नाले झट धुप सेकते हैं तो नाले कपड़े फोलते हैं तो फिर पढ़ांगे नमाज हाँ जी भाई ठंड लग गई बहुत हवा चल रही है कल कहते मेरा बाबा सुबह सुबह ही आ गए चल मिल ला हम मिल चल मिल तेरा भाई आ गया बफी। ओ बफी। इधर पाला अम्मी खा रही है जी नाश्ता कर रही सुबह बैठी हूँ दस गए से बैठी मरीम दस गए से बैठी हूँ साजे दस गए सारे ने जेड़े जेड़े फौत हुए हाँ चलो मेरे अम्मी सारे कहते जिसटेन साढ़े को पजाऊंदा सीगा ਇਥੇ ਚੌਦਾਂ ਚ ਕਲੂਨੀ ਡਈ ਆ ਤੇ ਉਦੋਂ ਫੇਰ ਆਇਆ ਉਹ ਮੁਜ਼ੰਮਲ ਤੇ ਅਕਰ ਸ਼ਾਇਦ ਤੇ ਹੁਣੇ ਫੌਤ ਹੋਇਆ ਹਨਾ ਪਤਾ ਨਹੀਂ ਕਿੰਨੇ ਰਾਤ ਦਾ ਹੋਇਆ ਪਰ ਨਹੀਂ ਹੁਣ ਹੋਇਆ ਮੈਨੂੰ ਤਾਂ ਹੁਣ ਸੋਭੀ ਦੱਸ ਕੇ ਗਈ ਹੈ ਦੱਸ ਕੇ ਜਨਾਜ਼ਾ ਹੁਣ ਲੈ ਕੇ ਆਇਆ ਬਹੁਤ ਨਗਰ ਲਗਾਇਆ ਸੀ ਨਾ ਬਹੁਤ ਨਗਰ ਵਾ ਸਾਰਾ ਡਾਕਟਰ ਕੋਲ ਉੱਥੇ ਰਾਤ ਦੀ ਗਏ ਸੀਗੇ ਰਾਤ ਦਾ ਹੀ ਕਹਿੰਦੇ ਫੌਤ ਹੋਇਆ ਤੇ ਲਿਆਉਂਦਾ ਹੁਣ ਨਹੀਂ ਮੁਝੇ ਹੁਣੇ ਹੀ ਹੋਇਆ ਹੁਣ ਬਾਬਾ ਨਗਰ ਕਿੰਨੀ ਕੁ ਦੂਰ ਘੰਟਾ ਇੱਕ ਨਹੀਂ ਲੱਗਦਾ ਸਾਡੇ ਮਸਾਇਆਂ ਦੀ ਹੋ ਗਈ ਅੱਜ ਫੌਤ ਗਈ ਅੱਛਾ ਅੱਛਾ ਉਹਦਾ ਅੱਬੂ ਅੱਛਾ 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 ਬੱਚੇ ਨਹੀਂ ਖਾਂਦੇ ਲੇਕਿਨ ਪਕਾਉਣੀ ਤੇ ਚਾਹੀਦੀ ਹੈ ਬੱਚੇ ਨਹੀਂ ਖਾਂਦੇ ਮੈਂ ਹੁਣ ਸੁੱਤੀ ਉੱਠੀ ਹਾਂ ਤੇ ਸ਼ਕਲ ਤੇ 12 ਵਜੇ ਹਲੇ ਮੈਂ ਕਿ ਸੁੱਤੀ ਉੱਠੀ ਸ਼ਕਲ ਤੇ ਹਲੇ 12 ਵਜੇ ਹੁਣ ਕਿ ਹੁਣ ਖਾਵਾਂ ਪੀਵਾਂ ਕੋਈ ਨਾਸ਼ਤਾ ਨੁਸ਼ਤਾ ਕਰਾਂਗੇ ਕਿ ਮੂੰਹ ਮਾਂ ਧੋਵਾਂਗੇ ਫਰੈਸ਼ ਹੋਵਾਂਗੇ ਅੰਮੀ ਕਰ ਰਹੀ ਨਾਸ਼ਤਾ ਨਹੀਂ ਉੱਠ ਕੇ ਅੰਮੀ ਨਮਾਜ਼ ਪੜ੍ਹ ਕੇ ਫਿਰ ਪੈ ਗਈ ਸੀ ਬੱਚਿਆਂ ਨੇ ਜਾਣਾ ਨਹੀਂ ਸੀ ਫਿਰ ਮੈਂ ਨਮਾਜ਼ ਪੜ੍ਹ ਕੇ ਪੈ ਗਈ ਸੀ ਹੋਰ ਜੀ ਅਸਲਾਮ ਅਲੈਕੁਮ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਅਸੀਂ ਤਾਂ ਠੀਕ ਠਾਕ ਆ ਸੱਸ ਨਾਲ ਖੜੀਆਂ ਗੱਲਾਂ ਬਾਤਾਂ ਕਰਨ ਡਈਆਂ ਸਾਡੇ ਉਹ ਨਾਲ ਦੇ ਹਮਸਾਇਆਂ ਦੇ ਫੌਤ ਹੀ ਹੋ ਗਈ ਮੰਮੀ ਦੱਸ ਰਹੀ ਹੈ ਕਿ ਸ਼ਾਇਦ ਫੌਤ ਹੋ ਗਿਆ ਅਤੇ ਮੈਂ ਹੁਣੇ ਉੱਠ ਕੇ ਹਲ ਕਮਰੇ 'ਚ ਬਾਹਰ ਹੀ ਆਈ ਹਾਂ
ਚਲੋ ਹੁਣ ਮੂੰਹ ਹੱਥ ਧੋਈਏ ਤੇ ਨਾਲ ਕੋਈ ਨਾਸ਼ਤਾ ਨੁਸ਼ਤਾ ਕੋਈ ਮਤਲਬ ਪ੍ਰਬੰਧ ਕਰੀਏ, ਚਾਹੇ ਰਸ ਖਾਈਏ ਜਾਂ ਕੁਛ ਚਾਹੇ ਚੂਹੇ ਬਣਾਈਏ। ਨਹੀਂ ਲਾਫ ਵੀ ਨਹੀਂ ਗਈ। ਨਹੀਂ ਲਾਫ ਵੀ ਅੱਜ ਘਰੇ ਹੀ ਆ। ਹਾਂ ਬਾਣੀਆਂ ਵੀ ਨਹੀਂ ਗਈ ਅੱਜ। ਸੋਫੀਆ ਦੇ ਵੀ ਘਰੇ ਹੀ ਆ ਸਾਰੇ। ਸੋਫੀਆ ਤਿਆਰ ਹੋਏ ਸੀਗੇ। ਆਹੋ ਮੈਨੂੰ ਪੁੱਛਣੀ ਤੈਨੂੰ ਸਵੇਰੇ ਸਵੇਰੇ ਇੰਨੀ ਪਿਆਸ ਲੱਗੀ ਇੰਨੀ ਠੰਡ ਚ। ਹੈ ਯਾਨ ਗਿਰ ਗਿਆ ਤੂੰ? ਆਹਿਸਤਾ ਪੀ ਨਾ ਤੂੰ, ਜ਼ੋਰ ਜ਼ੋਰ ਸੇ ਤੇਜ਼ ਤੇਜ਼ ਤੂੰ ਪੀ ਰਿਹਾ ਥਾ, ਗਿਰਨਾ ਹੀ ਥਾ। ਨੱਠਾ ਫਿਰਦਾ ਪਿਆਸ ਲੱਗ ਜਾਂਦੀ ਹੈ, ਇੰਨੀ ਠੰਡ ਬੜਾ ਪਾਣੀ ਪੀਣ ਨੂੰ ਦਿਲ ਕਰਦਾ ਹੈ ਯਾਨ, ਐਸਾ ਹੀ ਹੈ। ਅੱਛਾ ਤੇਰੇ ਕੋ ਇੰਨਾ ਕੁ ਭਾਰੀ ਚੱਕਿਆ ਜਾਣ ਡਿਆ? ਕਰ ਕਰ ਕੁੜੀ ਸਾਡੀ ਐਕਸਰਸਾਈਜ਼ ਕਰਨ ਡਈ। ਐਕਸਰਸਾਈਜ਼ ਕੀ ਫਰਕ? ਹਾਂ ਅੱਗੇ ਬਹੁਤ ਸਮਾਰਟ ਭਾਵੇਂ ਕਰੂੰਗੀ ਇਨਸ਼ਾਅੱਲਾ। ਅਰੀਬ ਕਿਆ ਬਣਾ ਰਹੇ ਹੋ? ਗੈਸ ਦੇਖੋ ਆਈ ਕਿ ਨਹੀਂ ਗੈਸ। ਚਾਹੇ ਬਣਾ ਰਹੇ ਅੱਜ? ਅੱਜ ਆਪ ਹੀ ਬਣਾ ਰਹੇ ਆਪਣੀ? ਮੰਮਾ ਕੀ? ਅੱਛਾ ਮੰਮਾ ਤੈਨੂੰ ਕੱਪੜੇ ਧੋਂਦੀ ਨੂੰ ਕਾਂਬਾ ਚੜ ਗਿਆ ਹੁਣ, ਕੰਬਣ ਵੀ ਐਵੇਂ ਲੱਗ ਪੈਂਦੀ ਹੈ। ਅੱਜ ਸੋਫੀਆ ਬਣਾਏਗੀ ਮੈਨੂੰ ਲੱਗਦਾ। ਗੋਸ਼ਤ 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 ਹੋਰ ਚੱਲ ਸ਼ੁਰੂ ਹੋ ਜਾ, ਹੋ ਸ਼ੁਰੂ। ਦਬਕਾ ਦੁਬਕਾ ਕਹਿੰਦਾ ਮੈਂ ਆਪਣੇ ਅੱਬੇ ਤੇ ਧੋਣਾ, ਨੀਅਤ ਇਹਦੀ ਮੇਰੇ ਵਰਗੀ ਆ ਬਦਨੀਤਾ ਬੰਦਾ। ਛੇਤੀ ਧੋ, ਬੂਟ ਬਾਟ ਪਾ ਲਿਆ, ਜਰਾਬਾਂ ਪਾ ਲਿਆ, ਹੁਣ ਸਾਰਾ ਗਿੱਲਾ ਹੋਊਗਾ। ਭਾਈ ਸਾਹਿਬ ਪੰਪ ਚਲਾ ਲੈਣਾ ਸੀ। ਨਹੀਂ ਤੁਸੀਂ ਚਲੋ ਚਲੋ, ਮੈਂ ਜਾ ਰਹੀ ਹੂੰ ਨੀਚੇ। ਹਾਂਜੀ ਆਹ ਲਓ ਜੀ ਮੇਰੀ ਮਿਕਸ ਵੈਜੀਟੇਬਲ, ਆਲੂ ਮਟਰ ਅਤੇ ਗਾਜਰਾਂ ਬਣਾਈਆਂ ਸਰਦੀਆਂ 'ਚ ਮੈਂ ਪਹਿਲੀ ਦਫ਼ਾ, ਲੇਕਿਨ ਸ਼ਕਲ ਦੇਖੋ ਕਿੱਡੀ ਸੋਹਣੀ ਆਈ ਹੈ, ਮੈਂ ਕਹਿੰਦੀ ਹਾਂ ਬਹੁਤ ਹੀ ਸੋਹਣੀ ਆਈ, ਜ਼ਬਰਦਸਤ। ਪੂਰੀਆਂ ਸਰਦੀਆਂ 'ਚ ਮੈਂ ਪਹਿਲੀ ਦਫ਼ਾ ਬਣਾ ਰਹੀ ਹਾਂ, ਅੱਜ ਬੜਾ ਹੀ ਦਿਲ ਕੀਤਾ, ਮੈਂ ਕਿਹਾ ਮਿਕਸ ਸਬਜ਼ੀ ਬਣਾਉਂਦੇ ਹਾਂ। ਉਹ ਫੌਜ ਕਿੱਧਰ ਨੂੰ ਚੱਲੀ ਸਾਰੀ? ਸੁੱਤੇ ਪਏ ਆਬਾ ਜੀ? ਆ ਜੀ ਆਇਆ ਅੰਮੀ ਦਾ ਹੀਟਰ, ਕੁਬਰਾ ਨੇ ਭੇਜਿਆ ਕੱਲ੍ਹ, ਅਤੇ ਅੰਮੀ ਦਾ ਕਮਰਾ ਸਹੀ ਨਿੱਘਾ ਹੋਇਆ ਪਿਆ ਹੀਟਰ ਦੇ ਨਾਲ, ਹੈ ਨਾ। ਸੁੱਤੇ ਪਏ ਨੇ? ਨਹੀਂ ਉਹਦਾ ਉਹਦਾ ਲੱਗਣ ਡਿਆ ਕਿ ਕੂਕ ਸੁੱਤੇ ਪਏ ਆ।